ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਹੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਹੀ ਜਨਾਬ ਲੱਗੇ ਬੈਲ ਆਈਕਾਨ ਨੂੰ ਵੀ ਕਰ ਲੈਣਾ ਪ੍ਰੈਸ, ਤਾਂ ਕਿ ਸਾਡੀ ਹਮੇਸ਼ਾ ਦੀ ਤਰ੍ਹਾਂ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੇ ਭਰਾਵਾਂ ਤੀਕਰ ਪਹੁੰਚੇ। ਸਭ ਤੋਂ ਪਹਿਲੇ ਇਹ ਮੇਰੇ ਜਨਾਬ ਸੱਜੇ ਪਾਸੇ ਮਾਝ ਦੀ ਵੀਡੀਓ ਲੈ ਕੇ ਆਇਆ ਅਤੇ ਮੇਰਾ ਕੈਮਰਾਮੈਨ ਸਾਹਿਬ ਤਸੱਲੀ ਕਰਾਵੇਗਾ, ਬਾਕੀ ਮੇਰੇ ਵੀਰਾਂ ਨੇ ਆਪਣੀਆਂ ਨਿਗਾਹਾਂ ਨਾਲ ਵੇਖ ਲੈਣੀ। ਸ਼ਾਹਕਾਰੀ ਝੋਟੀ ਹੈ ਜਨਾਬ, ਅਤੇ ਬਾਕੀ ਜਨਾਬ ਇਹਦਾ ਜੋ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਬਾਕੀ ਜਨਾਬ ਥੱਬੇ ਦਾ ਵਾਨਾ ਸੋਹਣਾ ਥਾਣ ਜਨਾਬ ਵਿਰਲਾ ਅਤੇ ਥਾਣ ਹੈ। ਬਾਕੀ ਜਨਾਬ ਕੈਮਰੇ ਦੀ ਨਜ਼ਰ ਹੈ, ਇਹ ਨਹੀਂ ਕਿ ਜਨਾਬ ਅੱਲਾ ਦੀ ਮਿਹਰਬਾਨੀ ਦੇ ਨਾਲ ਅੱਲਾ ਦੀ ਬਰਕਤ ਦੇ ਨਾਲ ਇਨਸ਼ਾਅੱਲਾ ਤਾਲਾ ਹਵਾਨਾ ਤੁੰਨੀ ਤੋਂ ਲੈ ਕੇ ਅਤੇ ਸਾਰ ਤੱਕ ਥੱਬੇ ਦਾ ਵਾਨਾ ਸੋਹਣਾ ਥਾਣ ਲੱਗਿਆ। ਬਾਕੀ ਜਨਾਬ ਪੂਰਾ ਵਿਰਲਾ ਦੇ ਥਾਣ ਸ਼ਾਹਕਾਲੀ ਜਨਾਬ, ਅਤੇ ਬਾਕੀ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਕੀ ਇਹਦਾ ਹਿਸਾਬ ਕਿਤਾਬ ਹੈ, ਕਿੰਨਵਾਂ ਸੂਆ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲਵਾਂਗੇ। ਮਾਸ਼ਾਅੱਲਾ ਕੱਦ ਚੰਗਾ, ਲਾਮ ਚੰਗੀ ਹੈ, ਮਾਸ਼ਾਅੱਲਾ ਕੈਮਰੇ ਦੀ ਨਜ਼ਰ ਵਿੱਚ ਹੈ। ਬਾਕੀ ਜਨਾਬ ਇਹ ਕਲਿੱਪ ਲੱਗੇ ਨੇ ਛੋਟੇ ਛੋਟੇ, ਮੱਥਾ ਸਫੈਦ, ਲੈਣੇ ਦੇਣੇ ਮੁਕੱਦਰ ਆਪਣੇ ਭਰਾਵਾਂ ਵਾਸਤੇ। ਡੇਲੀ ਦੀ ਨਿਸਬਤ ਇਨਸ਼ਾਅੱਲਾ ਅੱਛੇ ਜਾਨਵਰ ਅਸਲ ਨੀਲੀ ਦੇ ਆਪਣੇ ਚੈਨਲ ਦੀ ਜ਼ੀਨਤ ਹੁੰਦੇ ਨੇ। ਬਾਕੀ ਜਨਾਬ ਹਵਾਨਾ ਅੱਲਾ ਦੀ ਫਜ਼ਲ ਕਰਮ ਦੇ ਨਾਲ ਇਨਸ਼ਾਅੱਲਾ ਮਾਲਕ ਦੀ ਤਫੀਕ ਦੇ ਨਾਲ ਲੱਤਾਂ ਤੋਂ ਜਨਾਬ ਬਾਹਰ ਲਾਈ ਖੜੀ ਹੈ। ਇਹ ਜਨਾਬ ਕੋਈ ਇਹਨੂੰ ਟਾਈਮ ਸ਼ਾਇਮ ਨਹੀਂ ਲੱਗਿਆ, ਕੋਈ ਜਨਾਬ ਇਹ ਜਿਹਾ ਮਸਲਾ ਮਸਾਇਲ ਨਹੀਂ। ਅੱਲਾ ਦੀ ਮਿਹਰਬਾਨੀ ਨਾਲ ਅੱਜ ਟਾਈਮ ਵੇਖਿਆ ਜੋ, ਇੱਧਰ ਸਾਹਮਣੇ ਆਓ। ਟਾਈਮ ਜੀ 11:06 ਹੋਏ ਪੂਰੇ, 11:06 ਹਾਂਜੀ, 11:06 ਹੋਏ, 11:06 ਹਾਂਜੀ, ਠੀਕ ਹੋ ਗਿਆ। ਬਸ ਆਪਾਂ ਇਹੀ ਟਾਈਮ ਹੀ ਵਿਖਾਉਣਾ ਸੀ। ਲਓ ਜਨਾਬ ਅੱਲਾ ਦੀ ਬਰਕਤ ਦੇ ਨਾਲ ਇਨਸ਼ਾਅੱਲਾ 11 ਦਿਨ ਦੇ ਇਨਸ਼ਾਅੱਲਾ ਵੀਡੀਓ ਜਿਹੜੀ ਹੈ ਬਣ ਰਹੀ ਹੈ ਭਰਾਵਾਂ ਦੇ ਇਨਸ਼ਾਅੱਲਾ ਦੁਆਵਾਂ ਦੇ ਨਾਲ। ਬਾਕੀ ਜਨਾਬ ਇਨਸ਼ਾਅੱਲਾ ਚਾਰਜ ਫਿਰ ਵਿਖਾਵਾਂਦੇ, ਸੌਦਾ ਹੁੰਦਾ ਜਨਾਬ ਨਾਲ ਨਸੀਬਾਂ ਦੇ। ਬਾਕੀ ਵਿਖਾਵਣ 'ਚ ਇਨਸ਼ਾਅੱਲਾ ਕਮੀ ਪੇਸ਼ੀ ਨਹੀਂ ਹੋਏਗੀ। ਸ਼ਾਹਕਾਲੀ ਝੋਟੀ ਹੈ, ਚੱਪਾ ਚੱਪਾ ਜਨਾਬ ਪਸ਼ਮ ਹੈ, ਤੁੰਨੀ ਕੌੜੀ ਤੋਂ ਸਾਫ਼ ਹੈ, ਚਾਰੇ ਪੈਰ ਨੇ ਜਨਾਬ ਜਿਵੇਂ ਪਿਆਲੀਆਂ ਹੁੰਦੀਆਂ ਨੇ। ਬਾਕੀ ਜਨਾਬ ਛੋਟੇ ਛੋਟੇ ਕਲਿੱਪ ਲੱਗੇ ਨੇ, ਅੱਗੋਂ ਜਨਾਬ ਮਾਝ ਬਿਲਕੁਲ ਪਤਲੀ ਹੈ, ਪਿੱਛੋਂ ਮੰਜੇ ਜਿੰਨੀ ਚੌੜੀ ਹੈ। ਕੈਮਰਾਮੈਨ ਸਾਹਿਬ ਖਾਇਆ ਜੇ ਜਨਾਬ ਇਹਦਾ, ਇਹਨੂੰ ਕਹਿੰਦੇ ਜਨਾਬ ਢਾਈਆਂ ਕਿੱਠਾਂ ਦਾ ਪੁੱਠਾ ਜਨਾਬ। ਬਾਕੀ ਇਹਦੀਆਂ ਟਾਕਾਂ ਇੱਕ ਅੱਡੀ ਜਨਾਬ ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੁੰਦਾ ਹੈ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬਾਂ ਦੇ। ਬਾਕੀ ਇਨਸ਼ਾਅੱਲਾ ਤਸੱਲੀਆਂ ਕਰਾਵਾਂਗੇ ਆਪਣੇ ਭਰਾਵਾਂ ਦੀਆਂ, ਅਤੇ ਮੇਰੇ ਵੀਰਾਂ ਨੇ ਆਪਣੀਆਂ ਨਿਗਾਹਾਂ ਨਾਲ ਇਨਸ਼ਾਅੱਲਾ ਤਸੱਲੀ ਕਰ ਲੈਣੀ ਹੈ। ਬਾਕੀ ਜਨਾਬ ਤੁਰਦੀ ਫਿਰਦੀ ਵੀ ਕੈਮਰੇ ਦੀ ਨਜ਼ਰ 'ਚ ਹੁੰਦੀ ਹੈ, ਤਾਂ ਕਿ ਪੈਰ ਵਿੱਚ ਕੋਈ ਜਨਾਬ ਕੋਈ ਘਾਟਾ ਵਾਧਾ ਹੋਵੇ ਅਤੇ ਤਸੱਲੀ ਨਾਲ ਵੇਖ ਸਕੀਏ। ਸੋਹਣੀ ਟੋਰ ਮਾਸ਼ਾਅੱਲਾ ਕੈਮਰੇ ਦੀ ਨਜ਼ਰ ਵਿੱਚ ਹੈ। ਮੋੜ ਵੀ ਕਹਿ ਦਿਆ ਕਰਨਾ, ਹਾਂ ਮੋੜੋ ਜਨਾਬ, ਮੋੜ ਕੇ ਲਿਆ ਇੱਧਰ ਜਾਂਦੀ ਹੈ। ਇਹ ਕੈਮਰਾਮੈਨ ਸਾਹਿਬ ਬੱਚਾ ਵਿਖਾਇਆ ਜੀ, ਇੱਕ ਮਿੰਟ। ਇਹ ਜਨਾਬ ਮਗਰ ਜਨਾਬ ਇਹ ਕੱਟੀ ਹੈ ਜਨਾਬ, ਕੈਮਰਾਮੈਨ ਸਾਹਿਬ ਤਸੱਲੀ ਨਾਲ ਵਿਖਾ ਦਿਓ। ਮਾਸ਼ਾਅੱਲਾ ਪਿਛਲੇ 2 ਖੁਰ ਧੋਤੇ ਨੇ, ਸਫੈਦ ਅੱਖ, ਮੱਥਾ ਸਫੈਦ, ਮਾਸ਼ਾਅੱਲਾ ਬੜੀ ਖੂਬਸੂਰਤ ਲਾਜਵਾਬ ਕੱਟੀ ਹੈ। ਬਾਕੀ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਇਹ ਛੋਟੇ ਛੋਟੇ ਜਨਾਬ ਕਲਿੱਪ ਲੱਗੇ ਨੇ, ਪਸ਼ਮ ਚੱਪਾ ਚੱਪਾ। ਬਾਕੀ ਜਨਾਬ ਇਹ ਕਿੰਨਵਾਂ ਸੂਆ ਸੂਈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ ਅੱਲਾ ਦੀ ਬਰਕਤ ਦੇ ਨਾਲ। ਛੱਡ ਦਿਓ ਬੱਚੇ ਤਾਂ ਨਹੀਂ ਜਾਣਾ, ਇਹਨੇ ਜਾਣ ਦੋ ਪਰਨ ਥੋੜ੍ਹੀ ਜਿਹੀ। ਚੱਲ ਇੱਧਰ ਕਰਮਾਂ ਵਾਲੀ, ਚੱਲ ਇੱਧਰ ਨੂੰ। ਥੱਬੇ ਦਾ ਵਾਨਾ ਮਾਸ਼ਾਅੱਲਾ ਸੋਹਣਾ ਥਾਣ ਲੱਗਾ, ਪੂਰਾ ਜਨਾਬ ਵਿਰਲਾ ਦੇ ਥਾਣ ਹੈ। ਅਤੇ ਬਾਕੀ ਜਨਾਬ ਜੋ ਇਹਦਾ ਹਿਸਾਬ ਕਿਤਾਬ ਹੈ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ। ਅੱਗੋਂ ਫੜ ਗਿਆ, ਆ ਜਾ ਰੇ।
ਆ ਵਿਖਾਓ ਜਨਾਬ ਇਹ ਕੱਢੀ ਮਾਸ਼ਾਅੱਲਾ ਲੈਣੇ ਦੇਣੇ ਮੁਕੱਦਰ ਚਲੋ ਜਨਾਬ ਇੱਧਰ ਆਓ ਅਸਲਾਮ ਅਲੈਕੁਮ ਭਾਈ ਜੀ ਵਾਲੇਕੁਮ ਸਲਾਮ ਭਾਈ ਜੀ ਮੱਝ ਤੁਹਾਡੀ ਵਿਖਾ ਦਿੱਤੀ ਹੈ ਚਾਰ ਸਫੇਰੋਂ ਹਾਂਜੀ ਸਭ ਤੋਂ ਪਹਿਲੇ ਦੱਸਣਾ ਕਿ ਮੱਝ ਆਪਣੀ ਕਿੰਨਵਾ ਵਾਰਾ ਸੂਈ ਹੈ ਇਹ ਦੂਸਰਾ ਵਾਰਾ ਸੂਈ ਹੈ ਜੀ ਇਹ ਦੂਜਾ ਵਾਰਾ ਸੂਈ ਹੈ ਤੇ ਕਿੰਨੇ ਕੁ ਦਿਨ ਹੋ ਗਏ ਨੇ ਅੱਜ ਸੂਈ ਹੈ ਪਰਸੋਂ ਦੀ ਸੂਈ ਹੈ ਜੀ ਅੱਜ ਦੂਸਰਾ ਦਿਨ ਹੈ ਸੂਈ ਨੂੰ ਅੱਜ ਦੂਸਰਾ ਦਿਨ ਹੈ ਸੂਈ ਨੂੰ ਹਾਂਜੀ ਤੇ ਮਗਰ ਕੱਟੀ ਹੋਈ ਵਿਖਾ ਦਿੱਤੀ ਮਗਰ ਕੱਟੀ ਹੈ ਥਾਣਾ ਦੇ ਵਿੱਚ ਕੋਈ ਘਾਟਾ ਵਾਧਾ ਗਿਲਟੀ ਮਰੋੜੀ ਕੋਈ ਨਹੀਂ ਜੀ ਥਾਣੇ ਦੇ ਸਾਫ਼ ਸੁਥਰੇ ਮਾਸ਼ਾਅੱਲਾ ਮੱਝ ਜਿਹੜਾ ਕੋਈ ਆਏਗਾ ਉਹਨੂੰ ਚਵਾ ਕੇ ਦਾਂਗੇ ਮੱਝ ਦੇ 19-20 ਦਾ ਵੀ ਫਰਕ ਹੈ ਨਹੀਂਗਾ ਠੀਕ ਹੋ ਗਿਆ ਯਾਨੀ ਕਿ ਬਿਲਕੁਲ ਸਾਫ਼ ਮੱਝ ਜੀ ਹਾਂਜੀ ਅੱਛਾ ਚਵਾਈ ਇਹਦੀ ਸਖਤ ਹੈ ਜਾਂ ਨਰਮ ਨਰਮ ਚਵਾਈ ਜੀ ਰੂੰ ਵਰਗੀ ਚਵਾਈ ਨਰਮ ਰੂੰ ਵਰਗੀ ਚਵਾਈ ਠੀਕ ਹੋ ਗਿਆ ਬਾਲ ਨੂੰ ਭਾ ਦੋ ਉਹ ਚੋਲਵੇਂ ਮੱਝ ਠੀਕ ਹੋ ਗਿਆ ਹੈ ਨੀਲੀ ਨਸਲ ਦੀ ਨੀਲੀ ਜੀ ਨੀਲੀ ਪਿਓਰ ਨੀਲੀ ਦੀ ਜੀ ਇਹ ਘੱਡੀ ਦੀ ਮੱਝ ਹੈ ਬਰੀਕ ਪਤਲੀ ਚਮੜੀ ਦੀ ਮੱਝ ਹੈ ਮਾਸ਼ਾਅੱਲਾ ਛੋਟੀ ਵੱਖੀ ਦੀ ਹੈ ਮੱਝ ਚੰਗਾ ਕੱਦ ਹੈ ਜੀ ਵੇਖੋ ਕੱਦ ਮੈਂ ਕੋਲ ਖਲੋਨਾ ਵਾ ਕੈਮਰੇ ਚ ਪਤਾ ਲੱਗ ਜਾਏਗਾ ਕੱਦ ਦਾ ਮਾਝ ਦੇ ਦਾ ਮੋੜ ਯਾਰ ਅੱਗੇ ਹੋ ਖਲੋ ਜਾ ਖਰਮਾਲੀ ਲੰਬਾਈ ਵੀ ਚੰਗੀ ਹੈ ਮਾਸ਼ਾਅੱਲਾ ਤੇ ਕੱਦ ਵੀ ਜਿਹੜਾ ਉੱਚੀ ਵੀ ਚੰਗੀ ਹੈ ਜੀ ਤੇ ਇਹ ਲਓ ਜੀ ਆ ਵੇਖੋ ਕੱਦ ਮੱਝ ਦਾ ਠੀਕ ਹੋ ਗਿਆ ਤੇ ਬਿਲਕੁਲ ਬਰੀਕ ਹੈ ਬਰੀਕ ਜੀ ਬਰੀਕ ਚੱਲ ਵੇ ਕਰਮਾਲੀ ਉੱਧਰ ਚੱਲ ਅੱਛਾ ਥਾਣਾ ਦੇ ਵਿੱਚ ਕੋਈ ਘਾਟਾ ਵਾਦਾ ਨਹੀਂ ਬਿਲਕੁਲ ਕੋਈ ਘਾਟਾ ਵਾਦਾ ਨਹੀਂ ਜੀ ਸਾਫ਼ ਸੁਥਰੇ ਥਾਣੇ ਕੋਈ ਗੰਢ ਮਰੋੜੀ ਕੋਈ ਸ਼ੈ ਨਹੀਂ ਜੀ ਕੋਈ ਛੱਟਾ ਫੁਹਾਰ ਨਹੀਂ ਸਾਫ਼ ਸੁਥਰੇ ਥਾਣੇ ਜੀ ਚੋਣ ਚਵਾਈ ਰੂਮ ਵਰਗੀ ਹੈ ਜੀ ਠੀਕ ਹੋ ਗਿਆ ਤੇ ਦੋ ਟਾਈਮ ਦਾ ਜਨਾਬ ਬੋਲੇ ਚ ਅਜੇ ਤਿਕਰ ਤੇ ਅੱਛਾ ਬੋਲੇ ਜੀ ਬੋਲੇ ਦੋ ਟਾਈਮ ਦਾ ਕਿੰਨਾ ਜਨਾਬ ਬੋਲਾ ਕਰਦੀ ਪਈ ਬੋਲਾ ਜੀ ਇਹਦੇ ਕੋਲ 12 ਕਿਲੋ ਹੋਣੇ ਜੀ 12 ਕਿਲੋ ਬੋਲਾ ਦਾ ਬਸ ਚਵਾ ਕੇ ਨੂੰ ਦਾਂਗੇ ਚਵਾ ਕੇ ਦਿਆਂਗੇ ਠੀਕ ਹੋ ਗਿਆ ਜੀ ਦੋ ਟਾਈਮ ਚੋਲਵੇ ਕੋਈ ਦੋ ਟਾਈਮ ਚੋਵੇ ਬੋਲਾ ਇਹਦਾ 12 ਕਿਲੋ ਬੋਲਾ ਦੇ ਕੋਲ ਹੈ ਹੁਣ ਠੀਕ ਹੈ 12 ਲੀਟਰ ਦੀ ਗਾਰੰਟੀ ਹੈ ਬਾਹਰ ਲਿਆ ਯਾਰ ਇਹਨੂੰ ਕੱਢ ਕੇ ਅੱਛਾ ਭਾਈ ਜੀ ਇਨਸ਼ਾਅੱਲਾ ਅਸਲ ਨੀਲੀ ਦੀ ਸਾਰੀਆਂ ਗੱਲਾਂ ਤੇਰੀਆਂ ਰਿਕਾਰਡ ਹੋਣ ਰਿਕਾਰਡ ਹੋ ਗਈਆਂ ਨੇ ਹਾਂਜੀ ਠੀਕ ਹੈ 12 ਲੀਟਰ ਜਿਹੜਾ ਇਹਦੇ ਥੱਲੇ ਬੋਲਾ ਬਾਕੀ ਦੁੱਧ ਵਧੇਗਾ ਇਨਸ਼ਾਅੱਲਾ ਇਨਸ਼ਾਅੱਲਾ ਜੀ ਇਨਸ਼ਾਅੱਲਾ ਤੇ ਮੇਰੇ ਭਰਾਵਾਂ ਨੇ ਇਨਸ਼ਾਅੱਲਾ ਵੇਖ ਲੈਣਾ ਤੇ ਬਾਕੀ ਇਹਦੇ ਪੱਕੇ ਜੇ ਪੈਸੇ ਮੁਹੱਬਤ ਪਿਆਰ ਵਾਲੇ ਜਿਹੜੇ ਆਪਾਂ ਲੈ ਲੈਣੇ ਨੇ ਡਿਮਾਂਡ ਨਹੀਂ ਕਰਨੀ ਫਾਈਨਲ ਜੇ ਪੈਸੇ ਦੱਸਣੇ ਫਾਈਨਲ ਜੇ ਪੈਸੇ ਤੇ ਦੱਸਣੇ ਨੇ ਬਿਲਕੁਲ ਬਿਲਕੁਲ ਫਾਈਨਲ ਜੇ ਠੀਕ ਹੈ ਜੀ ਇਹਦੇ ਪੈਸੇ ਜੀ 3,30,000 ਰੁਪਇਆ ਇਹ ਫਾਈਨਲ ਪੈਸੇ ਨੇ ਤੋਂ ਘੱਟ ਕੋ ਨਹੀਂ ਕਰਨੇ ਮੈਂ ਕਹਿੰਦਾ ਬਿਲਕੁਲ ਮਾਸ਼ਾਅੱਲਾ ਠੀਕ ਹੋ ਗਿਆ ਕਿਉਂਕਿ ਸੋਹਣਾ ਤੂੰ ਰੇਟ ਕੀਤਾ ਅਗਰ 3,30,000 ਰੁਪਇਆ ਅਗਰ ਇਹ ਸਮਾਜ ਦੇ ਜਨਾਬ ਮੂੰਹ ਮੱਥੇ ਤੇ ਨਹੀਂ ਪੈਂਦਾ ਤੇ ਫਿਰ ਜਨਾਬ ਲੈਣੇ ਦੇਣੇ ਮੁਕੱਦਰ ਹੁੰਦੇ ਨੇ ਸੌਦਾ ਨਾਲ ਨਸੀਬਾਂ ਦੇ 3,30,000 ਰੁਪਇਆ ਪੂਰੀਆਂ ਜਨਾਬ ਗਰੰਟੀਆਂ ਦੇ ਨਾਲ ਅੱਲਾ ਦੀ ਬਰਕਤ ਦੇ ਨਾਲ ਨੰਬਰ ਆਪਣਾ ਕਰੇਗਾ ਕਿ ਨਹੀਂ ਬਾਕੀ ਜਨਾਬ ਆਪਣਾ ਨੰਬਰ ਹੁੰਦਾ 0348-0667-8488 ਆਪਣਾ ਵਟਸਐਪ ਨੰਬਰ ਇਹ ਜਨਾਬ ਆਪਣਾ ਇਮੋ ਨੰਬਰ ਹੈ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ